पुलिस देहाती पुलिस को मिली बड़ी कामयाबी, वाहन चोरी करने वाले अंतरराष्ट्रीय गिरोह का पर्दाफाश, गाड़ियां चोरी करने वाले चार व्यक्तियों को किया गया गिरफ्तार। इसमें से एक व्यक्ति कंटीन चलाता है और दूसरा वाहन डीलर है। इन पर पहले भी लूट खो चोरी और नशीले पदार्थ के FIR दर्ज है। लग्जरी गाड़ी चोरी करने वाले का गिरोह दिल्ली, यूपी, पंजाब, हरियाणा तक फैला हुआ है। इन चोरों का ग्रुप दिल्ली, यूपी, पंजाब, हरियाणा से गाड़ियां चोरी करके आता था और अलग अलग शहरों में ये गाड़ियां बेचते थे। जो भी दर्शक देखे वीडियो जरूर शेयर करें ताकि ये वीडियो उन लोगों तक पहुंच सके जिनकी गाड़ियां लग्जरी चोरी हुई है। जो अज असी इतने प्रेस कॉन्फ्रेंस राही सारे जेड़ा आप इकट्ठे हुए हैं मानयोग SSP साहब स्वप्न शर्मा जी की अगवाई हेठ जो भी कि सानू हदायत उन्हों हदायत मुताबक जिहड़ियां कि चोरी दी वारदात जिहड़ियां देहाती एरिए बहुत ज़्यादा हो रही सीगियां, जिन्हां विचों के एक चोरी जिहड़ी सी 21-22 की दरमैनी रात को अड्डा नाथ दी कोई विखे इलैक्ट्रॉनिक दुकान पर हुई सीगी। उहदे विच कि साढ़े DP साहब DSP जंडियाला और SHO मेहता की अगवाई जिहड़ियां कि टीमां तैयार की गई उन्होंने असी एक बंदे जिहड़ा ना PO गिरफ्तार किया। उन्होंने पुछगिछ दरम्यान उन्होंने जिहड़े 5 गिरोह का जिहड़ा हैगा सीगा उन्होंने चोरी करन दा सीगा उहदे विच असी 2 मैंबरां नूं जिहड़ा कि गिरफ्तार कर लिया, हरप्रीत सिंह उर्फ हरप्रीत हैप्पी निशान सिंह ते दोनों नूं गिरफ्तार किया। उन्होंने कोलों जिहड़ा समान की कुछ बरामदगी की गई तो उहदे दरम्यान ही उन्होंने पुछगिछ दे विच उन्होंने एक जिहड़ा कि अवतार सिंह उर्फ बब्बी सनी नूं गिरफ्तार किया। उहदे कोलों जिहड़ा कि जिहड़ा समान सीगा चोरी का उहदे कोलों वेचिया गया सीगा ते उहनूं जदों उहदी रैसट पाई ते उहदे पुछगिछ दरम्यान ही सानू कि उहदे कोलों एक बहुत वड्डी जिहड़ी रिकवरी आ जिहड़ी कि होई आ सानू जिहड़े कि वख वख ਜ਼ਿਲ੍ਹਿਆਂ ਤੋਂ ਜਿਹੜੀਆਂ ਗੱਡੀਆਂ ਸਟੇਟਾਂ ਤੋਂ ਚੋਰੀ ਕਰਕੇ ਲੈ ਕੇ ਆਉਂਦੇ ਸੀ ਉਹ ਸਾਡਾ ਇੱਕ ਵੱਡਾ ਬਹੁਤ ਵੱਡਾ ਜਿਹੜਾ ਗਰੋਹ ਉਹਨਾਂ ਦੇ ਅਵਤਾਰ ਸਿੰਘ ਉਰਫ ਸਨੀ ਦੇ ਰਾਹੀਂ ਸਾਹਮਣੇ ਆਇਆ, ਜਿਹਦੇ ਵਿੱਚ ਕਿ ਇੱਕ ਜਿਹੜਾ ਸਾਡਾ ਹੋਰ ਜਿਹੜਾ ਸੀਗਾ ਬੱਬੀ ਸੀਗਾ ਕਸ਼ਮੀਰਪਾਲ ਸਿੰਘ ਬੱਬੀ ਉਹਨੂੰ ਅਸੀਂ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਅਤੇ ਇਹਨਾਂ ਦੇ ਜਿਹੜਾ ਸਾਨੂੰ ਵੱਖਰੀਆਂ ਵੱਖਰੀਆਂ ਜਗ੍ਹਾ ਤੋਂ 15 ਗੱਡੀਆਂ ਜਿਹੜੀਆਂ ਅਸੀਂ ਰਿਕਵਰ ਕੀਤੀਆਂ। ਕਿੰਨੇ ਮੈਂਬਰੀ ਇਹ ਗਰੋਹ ਹੈਗਾ ਸੀ? ਜਿਹੜਾ ਕਿ ਚੋਰੀ ਕਰਨ ਵਾਲਾ ਗਰੋਹ ਸੀ ਉਹ 5 ਮੈਂਬਰੀ ਗਰੋਹ ਸੀਗਾ, ਜਿਨ੍ਹਾਂ ਦੇ ਵਿੱਚੋਂ ਕਿ ਅਸੀਂ 3 ਦੀ ਰੈਸਟ ਪਾ ਲਈ ਆ, ਬਾਕੀ ਜਿਹੜੇ ਆ ਉਹ ਉਹਨਾਂ ਨੂੰ ਉਹਨਾਂ ਵਾਸਤੇ ਜਿਹੜੀਆਂ ਟੀਮਾਂ ਅਸੀਂ ਬਣਾਈਆਂ ਹੋਈਆਂ ਵਾ ਤਾਂ ਉਹ ਜਾ ਰਹੇ ਆ ਉਹਨਾਂ ਵੱਲ। ਗੱਡੀਆਂ ਕਿਹੜੀਆਂ ਕਿਹੜੀਆਂ ਚੋਰੀ ਕਰਦੇ ਸੀ? ਜਿਹੜੀਆਂ ਇਹਨਾਂ ਨੇ ਗੱਡੀਆਂ ਚੋਰੀ ਕੀਤੀਆਂ ਵਾ ਉਹ ਸਾਰੀਆਂ ਹੀ ਲਗਜ਼ਰੀ ਗੱਡੀਆਂ ਵਾ, ਜਿਨ੍ਹਾਂ ਦੇ ਵਿੱਚ ਕਿ 2 ਫੋਰਚੂਨਰ ਆ, 2 ਸਕਾਰਪੀਓ ਵਾ ਅਤੇ ਅਲੱਗ ਅਲੱਗ ਜਿਹੜੀਆਂ ਬਰੀਜ਼ਾ ਵਾ, I-20 ਆ। ਇਹ 15 ਗੱਡੀਆਂ ਜਿਹੜੀਆਂ ਟੋਟਲ ਜਿਹੜੀਆਂ ਅਸੀਂ ਰਿਕਵਰ ਕੀਤੀਆਂ ਇਹਨਾਂ ਦੀ। ਕਿੱਦਾਂ ਖੋਲਦੇ ਸੀ ਗੱਡੀਆਂ ਨੂੰ, ਕਿੱਦਾਂ ਇਹ ਨਿਸ਼ਾਨਾ ਬਣਾਉਂਦੇ ਸੀ ਗੱਡੀਆਂ ਚੋਰੀਆਂ ਕਰਨ ਦੀ? ਜ਼ਿਆਦਾਤਰ ਲੋਕ ਖੋਲਦੇ ਸੀ, ਕਿਉਂ ਸਹਾਇਕ ਅਤੇ ਸੈਂਸਰ ਲੱਗਾ ਗੱਡੀ 'ਚ? ਇਹ ਜ਼ਿਆਦਾਤਰ ਗੱਡੀਆਂ ਜਿਹੜੀਆਂ ਵਾ ਯੂਪੀ ਬਿਹਾਰ ਦੀਆਂ ਗੱਡੀਆਂ ਵਾ, ਉਹਦੇ ਵਿੱਚ ਕਿ ਜਿਹੜੇ ਚੋਰੀ ਕਰਕੇ ਲੈ ਕੇ ਆਉਂਦੇ ਸੀਗੇ ਉਹਨਾਂ ਵਾਸਤੇ ਸਾਡੀਆਂ ਜਿਹੜੀਆਂ ਟੀਮਾਂ ਕੰਮ ਕਰ ਰਹੀਆਂ ਵਾ ਅਤੇ ਉਹ ਜਦੋਂ ਵੀ ਉਹ ਬੰਦੇ ਫੜੇ ਗਏ ਤਾਂ ਉਹਦੇ ਮੁਤਾਬਕ ਉਹਨਾਂ ਦਾ ਪਤਾ ਲਾਇਆ ਜਾਊਗਾ। ਕਿੰਨੇ ਵੱਡਾ ਗੈਂਗ ਹੈ ਜੀ, ਕਿੰਨੇ ਮੈਂਬਰਾਂ ਦਾ ਗੈਂਗ ਤੁਸੀਂ? ਇਹ 6-7 ਮੈਂਬਰਾਂ ਦਾ ਤਕਰੀਬਨ ਗੈਂਗ ਹੈਗਾ ਵਾ। ਦੇਖੋ ਜਦੋਂ ਕਿ ਗੱਡੀਆਂ ਵੇਚ ਕੇ ਚੋਰੀ ਕਰਕੇ ਲੈ ਕੇ ਆਉਂਦੇ, ਜਦੋਂ ਕਿਸੇ ਨੂੰ ਵੇਚਦੇ ਆ ਉਹਨਾਂ ਨੂੰ ਇਹ ਕਹਿੰਦੇ ਆ ਵੀ ਇਹ ਲੋਨ ਡਿਫਾਲਟਰ ਗੱਡੀਆਂ ਸੀਗੀਆਂ ਅਤੇ ਲੋਨ ਡਿਫਾਲਟਰ ਕਹਿ ਕੇ ਉਹਨਾਂ ਨੂੰ ਪ੍ਰੋਪਰ ਉਹਨਾਂ ਦੇ ਡਾਕੂਮੈਂਟਸ ਵੀ ਤਿਆਰ ਕਰਕੇ ਉਹਨਾਂ ਨੂੰ ਗੱਡੀਆਂ ਵੇਚੀਆਂ ਜਾਂਦੀਆਂ। ਜਿਹਨਾਂ ਨੇ ਗੱਡੀਆਂ ਵੇਚੀਆਂ ਮੈਡਮ ਉਹਨਾਂ ਨੂੰ ਅਰੈਸਟ ਕੀਤਾ ਜਾਏਗਾ? ਹਾਂਜੀ, ਸਾਡੀਆਂ ਟੀਮਾਂ ਬਣੀਆਂ ਹੋਈਆਂ ਵਾ, ਉਹ ਵੱਖ ਵੱਖ ਥਾਵਾਂ 'ਤੇ ਜਾ ਰਹੇ ਆ ਉਹਨਾਂ ਨੂੰ ਅਰੈਸਟ ਕਰਨ ਵਾਸਤੇ। ਜਦੋਂ ਵੇਚਦੇ ਸੀ ਉਦੋਂ ਨੰਬਰ ਚੇਂਜ ਕਰਦੇ ਸੀ ਜਾਂ ਨੰਬਰ ਉਹੀ ਰਹਿਣ ਦਿੰਦੇ ਸੀ? ਨਹੀਂ, ਉਹ ਤਾਂ ਨੰਬਰ ਚੇਂਜ ਕਰਦੇ ਸੀ ਪਰ ਉਹਨਾਂ ਨੂੰ ਉਹ ਜਿਹੜੇ ਨਾ ਵੀ ਉਹ ਡਾਕੂਮੈਂਟਸ ਪ੍ਰੋਪਰ ਤਿਆਰ ਕਰਕੇ ਦਿੰਦੇ ਸੀ। ਕਿਸ ਤਰ੍ਹਾਂ ਪਛਾਣ ਹੁੰਦੀ ਸੀ ਇਹ ਗੱਡੀ ਹੈ ਜੋ ਚੋਰੀ ਦੇ ਵਿੱਚ ਪਤਾ ਲੱਗਿਆ? ਇਹ ਤਾਂ ਜਿਹੜਾ ਕਿ ਅਵਤਾਰ ਸਿੰਘ ਉਰਫ ਬੱਬੀ ਨੂੰ ਜਦੋਂ ਫੜਿਆ ਗਿਆ ਵਾ ਉਹਨਾਂ ਦੇ ਕੋਲੋਂ ਪੁੱਛਗਿੱਛ ਦੇ ਦਰਮਿਆਨ ਇਹ ਸਾਹਮਣੇ ਆਇਆ ਕਿ ਇਹ ਗੱਡੀਆਂ ਜਿਹੜੀਆਂ ਚੋਰੀ ਦੀਆਂ। ਹੁਣ ਮੈਡਮ ਕਿੰਨੇ ਬੰਦੇ ਅਰੈਸਟ ਹੋਏ ਆ ਜੀ? ਹੁਣ ਸਾਡੇ ਜਿਹੜੇ ਆ 4 ਬੰਦੇ ਅਸੀਂ ਅਰੈਸਟ ਕੀਤੇ ਹੋਏ ਆ। ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਆ? 2 ਬੰਦੇ ਜਿਹੜੇ ਚੋਰੀ ਵਾਲੇ ਸੀਗੇ, ਜਿਹਨਾਂ ਨੇ ਇਲੈਕਟ੍ਰੋਨਿਕ ਦਾ ਸਮਾਨ ਚੋਰੀ ਕੀਤਾ ਸੀ ਉਹ ਹੈਗੇ ਸੀਗੇ ਜੰਡਿਆਲਾ ਗੁਰੂ ਦੇ।
ਤੇ ਜਿਹੜੇ ਅਵਤਾਰ ਸਿੰਘ ਸੀ ਕਸ਼ਮੀਰ ਪਾਸੀ ਉਹ ਦੋਨੋਂ ਅੰਮ੍ਰਿਤਸਰ ਸਿਟੀ ਦੇ ਮੈਂ ਕੋਈ ਹੋਰ ਵੀ ਪਰਚੇ ਹੈ ਇਹਨਾਂ ਦੇ ਉੱਤੇ ਹਾਂਜੀ ਜਿਹੜੇ ਅੰਮ੍ਰਿਤਸਰ ਦੇ ਦੋ ਬੰਦੇ ਆ ਇਹਨਾਂ ਦੇ ਹੋਰ ਵੀ ਪਰਚੇ ਆ ਹਾਂਜੀ ਇਹਨਾਂ ਤੇ ਪਹਿਲਾਂ ਵੀ ਪਰਚੇ ਕਿਹੜੇ ਕਿਹੜੇ ਪਰਚੇ ਆ ਇਹਨਾਂ ਤੇ ਵੀ ਜਿਹੜੇ ਵੱਖਰੇ ਵੱਖਰੇ ਜਿਹੜੇ ਹਾਈਜੈਕ ਕਾਰਾਂ ਜਿਹੜੀਆਂ ਇਹ ਪਹਿਲਾਂ ਵੀ ਕਾਰਾਂ ਦੇ ਹੀ ਪਰਚੇ ਇਹਨਾਂ ਤੇ ਦਰਜ ਆ ਮੈਨੂੰ ਕਿਹੜੀ ਕਿਹੜੀ ਸਟੇਟ ਤੋਂ ਗੱਡੀਆਂ ਆਉਂਦੀਆਂ ਸੀ ਇਹ ਯੂਪੀ ਬਿਹਾਰ ਦਿੱਲੀ ਤੋਂ ਗੱਡੀਆਂ ਜਿਹੜੀਆਂ ਚੋਰੀ ਕਰਕੇ ਲੈ ਗਏ ਨਹੀਂ ਉਹ ਤਾਂ ਹੁਣ ਅਸੀਂ ਕੰਪਨੀ ਵਾਲਿਆਂ ਨੂੰ ਮੈਸੇਜ ਕਨਵੇ ਕਰਾਂਗੇ ਫਿਰ ਉਹ ਆਣਗੇ ਤੇ ਫਿਰ ਇਹ ਮਾਲਕਾਂ ਦਾ ਪਤਾ ਲਾਇਆ ਜਾਊਗਾ ਇਸਦੇ ਵਿੱਚ ਮੈਂ ਜਿਹੜੇ ਮਜੀਠਾਰੂ ਤੋਂ ਫੜੇ ਗਏ ਸੀ ਉਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਐਨ ਡੀ ਪੀ ਐਸ ਐਕਟ ਦੇ ਮਾਮਲੇ 'ਚ ਕੁਛ ਦਰਜ ਨਹੀਂ ਕੁਝ ਹੈਰੋਇਨ ਦਾ ਕੋਈ ਮਾਮਲਾ ਸਾਹਮਣੇ ਆਇਆ ਇਲੈਕਟ੍ਰੋਨਿਕ ਦਾ ਸਮਾਨ ਡਿਟੇਲ ਇਹਨਾਂ ਨੂੰ ਦੇ ਸਰਕਾਰੀ ਕਿਸੇ ਵੀ ਮੁਲਾਜ਼ਮ ਦਾ ਕੋਈ ਰੋਲ ਸਾਡੇ ਅੰਮ੍ਰਿਤਸਰ ਤੋਂ ਕੋਈ ਨਹੀਂ ਆ ਡੁਪਲੀਕੇਟ ਜਿਹੜੀ ਆ ਉਹਦੀ ਕਰ ਦਿੰਦੇ ਸੀਗੇ ਮੈਮ ਜਾਲਾ ਨੰਬਰ ਕਿੱਥੋਂ ਦਾ ਲਾ ਕੇ ਦਿੰਦੇ ਸੀਗੇ ਪੰਜਾਬ ਦਾ ਜਾਂ ਬਾਹਰ ਦਾ ਨਹੀਂ ਇਹ ਤਾਂ ਜਦੋਂ ਇਹ ਪ੍ਰੋਪਰ ਜਦੋਂ ਡਾਕੂਮੈਂਟਸ ਤਿਆਰ ਹੁੰਦੇ ਉਦੋਂ ਇਹ ਬਾਹਰ ਦੀਆਂ ਸਟੇਟਾਂ ਦੇ ਹੀ ਜ਼ਿਆਦਾ ਨੰਬਰ ਜਿਹੜੇ ਲੱਗੇ ਹੋਏ ਆ ਨਹੀਂ ਉੱਧਰ ਦੀ ਹੀ ਆਰਸੀ ਜਿਹੜੀ ਉੱਧਰ ਦੀ ਹੀ ਦਿੰਦੇ ਇਸ ਰਿਕਵਰੀ ਤੋਂ ਪਹਿਲਾਂ ਜਿਹੜੇ ਇਹਨਾਂ ਨੇ ਹੋਰ ਵੀ ਕਿਤੇ ਗੱਡੀਆਂ ਵੇਚੀਆਂ ਹੋਣਗੀਆਂ ਕੋਈ ਤਫਤੀਸ਼ ਇਹਨਾਂ ਦੇ ਕੋਲ ਉਹ ਵੀ ਚੱਲੂਗੀ ਉੱਧਰ ਤਰਨ ਤਾਰਨ ਏਰੀਏ 'ਚ ਕੁਛ ਇਹਨਾਂ ਨੇ ਗੱਡੀਆਂ ਜਿਹੜੀਆਂ ਸੀਗੀਆਂ ਉਹ ਰਿਕਵਰ ਕਰਵਾਈਆਂ ਹੈਗੀਆਂ ਉਹ ਪਹਿਲਾਂ ਇਸ ਪਰਚੇ ਤੋਂ ਪਹਿਲਾਂ ਉੱਧਰ ਪਰਚੇ ਦਰਜ ਹੈ ਮੈਮ 15 ਗੱਡੀਆਂ 'ਚ ਪੰਜਾਬ 'ਚੋਂ ਕਿੰਨੀਆਂ ਗੱਡੀਆਂ ਪੰਜਾਬ ਦੀਆਂ ਕਿੰਨੀਆਂ ਪੰਜਾਬ ਨੰਬਰ ਕਿੰਨੀਆਂ ਸਾਰੀਆਂ ਬਾਹਰ ਦੀਆਂ ਤੇ ਫੜੀਆਂ ਕਿੰਨੀਆਂ ਗਈਆਂ ਮਤਲਬ ਕਿ ਪੰਜਾਬ ਤੇ 15 ਗੱਡੀਆਂ ਕਿਹੜੀ ਕਿਹੜੀ ਥਾਂ ਤੇ ਕੱਟੀਆਂ ਫੜੀਆਂ ਗਈਆਂ ਵੱਖਰੇ ਵੱਖਰੇ ਜ਼ਿਲ੍ਹਿਆਂ ਤੋਂ ਜਿਹੜੀਆਂ ਇਹਨਾਂ ਨੇ ਵੇਚੀਆਂ ਹੋਈਆਂ ਸੀ ਉਹ ਸਾਰੀਆਂ ਫੜੀਆਂ ਗਈਆਂ ਠੀਕ